ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਰਨ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਵਾਂ ਇੱਕ ਐਸੀ ਲੋਕੇਸ਼ਨ ਦੇ ਉੱਤੇ ਸੋਸਾਇਟੀ ਜਿੱਥੇ ਤੁਹਾਨੂੰ ਪੂਲ ਪਾਰਟੀ ਕਰਨ ਦੇ ਲਈ ਕਿਸੇ ਕਲੱਬ ਜਾਂ ਫਿਰ ਕਿਸੇ ਅਦਰ ਲੋਕੇਸ਼ਨ ਤੇ ਜਾਣ ਦੀ ਲੋੜ ਨਹੀਂ। ਤੁਹਾਡੀ ਆਪਣੀ ਹੀ ਸੋਸਾਇਟੀ ਦੇ ਵਿੱਚ ਰਹਿਣ ਵਾਲੀ ਹੈ ਪਾਰਟੀ ਜਾਂ ਫਿਰ ਵਿਆਹ ਦੀ ਪਾਰਟੀ ਕਰਨਾ ਚਾਹੁੰਦੇ ਹੋ, ਤੁਸੀਂ ਉਹ ਨਜ਼ਾਰਾ ਲੈ ਸਕਦੇ ਹੋ ਆਪਣੀ ਇਹ ਸੋਸਾਇਟੀ ਦੇ ਵਿੱਚ, ਉਹ ਵੀ ਪੂਲ ਪਾਰਟੀ ਦੇ ਨਾਲ। ਆਪਣੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਇੱਥੇ ਘੱਟੋ ਘੱਟ 100 ਤੋਂ 150 ਬੰਦੇ ਦੀ ਗੈਦਰਿੰਗ ਆਰਾਮ ਨਾਲ ਹੋਣ ਵਾਲੀ ਹੈ। ਆਪਣੀ ਅੱਜ ਦੀ ਸੋਸਾਇਟੀ ਰਹਿਣ ਵਾਲੀ ਹੈ ਮਾਈਵਨ ਕੰਸਟਰਕਸ਼ਨ ਦੇ ਨਾਲ, ਸਟੀਲ ਐਸ ਤੇ 10 ਫਲੋਰਾਂ ਦੇ ਨਾਲ। ਤੇ ਜਿਹੜੀ ਆਪਣੀ ਇਹ ਸੋਸਾਇਟੀ ਦੀ ਪਾਰਕ ਰਹਿਣ ਵਾਲੀ ਹੈ ਉਹ ਰਹਿਣ ਵਾਲੀ ਹੈ 1.5 ਏਕੜ ਦੀ। ਇੱਥੇ ਤੁਹਾਨੂੰ ਇਨਡੋਰ ਆਊਟਡੋਰ ਗੇਮਾਂ ਮਿਲਣ ਵਾਲੀਆਂ ਨੇ। ਆਪਣੀ ਇਹ ਸੋਸਾਇਟੀ ਦੀਆਂ ਜਿਹੜੀਆਂ ਗਲੀਆਂ ਰਹਿਣ ਵਾਲੀਆਂ ਨੇ ਉਹ ਰਹਿਣ ਵਾਲੀਆਂ ਨੇ 30 ਤੋਂ 40 ਫੁੱਟ ਚੌੜੀਆਂ। ਤੇ ਨਾਲ ਦੇ ਨਾਲ ਤੁਹਾਨੂੰ ਇੱਕ ਗੱਲ ਦੱਸ ਦਈਏ, ਇਸ ਸੋਸਾਇਟੀ ਦੇ ਵਿੱਚ ਅੱਜ 1200+ ਫੈਮਿਲੀਜ਼ ਆਲਰੇਡੀ ਰਹਿ ਰਹੀਆਂ ਨੇ। ਇੱਕ ਵਾਰੀ ਤੁਸੀਂ ਵੇਖ ਸਕਦੇ ਹੋ ਇਸ ਸੋਸਾਇਟੀ ਦਾ ਵਿਊ। ਇਸ ਸੋਸਾਇਟੀ ਦੇ ਵਿੱਚ ਨਾ ਤੇ ਤੁਹਾਡੀਆਂ ਗੱਡੀਆਂ ਧੁੱਪ ਵਿੱਚ ਸੜਨਗੀਆਂ ਤੇ ਨਾ ਹੀ ਬਰਸਾਤਾਂ ਦੇ ਵਿੱਚ ਗਲਣਗੀਆਂ, ਕਿਉਂਕਿ ਅਸੀਂ ਤੁਹਾਨੂੰ ਇੱਥੇ ਪਾਰਕਿੰਗ ਦੇ ਰਹੇ ਹਾਂ ਤੁਹਾਡੀ ਹੀ ਘਰ ਦੇ ਛੱਤ ਤੇ ਥੱਲੇ, ਔਰ ਪਾਰਕਿੰਗ ਸਪੇਸ ਕਾਫੀ ਵੱਡਾ ਰਹਿਣ ਵਾਲਾ ਹੈ। ਐਂਟਰੀ ਕਰਦੇ ਹੀ ਸਭ ਤੋਂ ਵਧੀਆ ਫੀਲਿੰਗ ਆਉਂਦੀ ਹੈ ਸਾਨੂੰ 8 ਫੁੱਟੇ ਡੋਰ ਦੇ ਨਾਲ, ਜਿਹੜੀ ਕਿ ਮੈਲਾਮਾਈਨ ਪੋਲਿਸ਼ ਤੇ ਵਧੀਆ ਜੇ ਹੈਂਡਲ ਦੇ ਨਾਲ। ਤੇ ਹੋਰ ਆਪਾਂ ਜਿਹੜਾ ਐਂਟਰੀ ਦੇ ਸਪੇਸ ਵੇਖ ਰਹੇ ਹਾਂ, ਇੰਨਾ ਕੁ ਜ਼ਿਆਦਾ ਸਾਨੂੰ ਸਪੇਸ ਮਿਲ ਰਿਹਾ। ਕੋਈ ਵੀ ਆਪਾਂ ਸਮਾਨ ਲਿਆਵਾਂਗੇ ਵੱਡਾ ਛੋਟਾ, ਉਹ ਸਾਡਾ ਆਰਾਮ ਦੇ ਨਾਲ ਐਂਟਰੀ ਤੇ ਆਉਣ ਵਾਲਾ ਹੈ, ਔਰ ਕਿਸੇ ਚੀਜ਼ ਦੀ ਟੁੱਟ ਫੁੱਟ ਨਹੀਂ ਆਉਣ ਵਾਲੀ। ਇਹ ਆ ਗਿਆ ਜੀ ਤੁਹਾਡੇ ਹੁਣ ਅਸੀਂ ਲਿਵਿੰਗ ਘੱਟ ਡਾਇਨਿੰਗ ਏਰੀਆ ਦੇ ਵਿੱਚ। ਆਪਣਾ ਲਿਵਿੰਗ ਏਰੀਆ ਇੰਨਾ ਕੁ ਸਪੇਸੀਅਸ ਹੈ ਤੇ ਇੱਕ ਪਾਸੇ ਵੱਡੀ ਜੀ ਵਿੰਡੋ ਤੇ ਨਾਲ ਬਾਹਰਲੀ ਬਾਲਕੋਨੀ ਤੁਹਾਨੂੰ ਵਿਖਾਉਂਦੇ ਹਾਂ, ਕਾਫੀ ਸਪੇਸੀਅਸ ਤੇ ਕਾਫੀ ਵੱਡੀ ਰਹਿਣ ਵਾਲੀ ਹੈ। ਇਹ ਰਹੇਗਾ ਜੀ ਆਪਣਾ ਇੱਥੇ ਦਾ ਜੀ ਲਿਵਿੰਗ ਕੱਟ ਡਾਇਨਿੰਗ ਏਰੀਆ। ਅਸੀਂ ਇਹਨੂੰ ਆਪਣੇ ਅਕੋਰਡਿੰਗ ਐਡਜਸਟਮੈਂਟ ਕਰ ਸਕਦੇ ਹਾਂ। ਹੁਣ ਚੱਲਦੇ ਹਾਂ ਆਪਾਂ ਇਸ ਘਰ ਦੀ ਮਾਡਲਰ ਕਿਚਨ ਵਾਲੇ ਪਾਸੇ। ਮਾਡਲਰ ਕਿਚਨ ਆਪਣੀ ਕਾਫੀ ਸਪੇਸੀਅਸ ਰਹਿਣ ਵਾਲੀ ਹੈ, ਔਰ ਜਿੰਨੀ ਵੀ ਕਿਚਨ ਰਹੇਗੀ ਆਪਣੀ ਸੋਫਟ ਕਲੋਜ਼ਰ ਦੇ ਨਾਲ ਔਰ ਕਾਫੀ ਸਟੋਰੇਜ ਦੇ ਨਾਲ ਆਪਣੀ ਇਹ ਮਾਡਲਰ ਕਿਚਨ ਰਹਿਣ ਵਾਲੀ ਹੈ। ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਆ ਕਿਚਨ ਹੈ ਅਸੀਂ ਇਹਨੂੰ HDHMR ਦੇ ਨਾਲ ਤਿਆਰ ਕਰਾਇਆ, ਕਿਉਂਕਿ ਇਹਦੇ ਵਿੱਚ ਨਾ ਤੇ ਕੋਈ ਦਿਮਕ ਲੱਗਣ ਦੀ ਲੋੜ ਹੈ ਤੇ ਨਾ ਹੀ ਕਿਸੇ ਹੋਰ ਨੁਕਸਾਨ ਦੀ ਇਹਦੇ ਵਿੱਚ ਸਾਨੂੰ ਟੈਨਸ਼ਨ ਲੈਣ ਦੀ ਲੋੜ ਹੈ, ਕਿਉਂਕਿ ਇਹਨੂੰ ਅਗਰ ਪਾਣੀ ਵੀ ਲੱਗ ਜੇ ਇਹ ਵਾਟਰਪਰੂਫ ਬੋਰਡ ਹੁੰਦਾ ਹੈ ਤੇ ਇਹਦੇ ਨਾਲ ਸਾਨੂੰ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਕਿ ਇਹਦੇ ਤੇ ਦਿਮਕ ਜਾਂ ਫਿਰ ਕੋਈ ਨੁਕਸਾਨ ਹੋਵੇ। ਕਾਫੀ ਸੋਹਣੀ ਆਪਾਂ ਮਾਡਲ ਕਿਚਨ ਨੂੰ ਤਿਆਰ ਕੀਤਾ ਹੋਇਆ ਤੇ ਇੱਕ ਸਾਈਡ ਤੇ ਸਾਡੇ ਕੋਲ ਬਾਲਕੋਨੀ ਰਹਿਣ ਵਾਲੀ ਹੈ ਜਿਹਦੇ ਵਿੱਚ ਤੁਸੀਂ ਆਪਣਾ ਵਾਸ਼ਿੰਗ ਏਰੀਆ ਨੂੰ ਕਨਵਰਟ ਕਰ ਸਕਦੇ ਹੋ। ਇਹ ਆਪਣਾ ਰਹੇਗਾ ਜੀ ਇੱਧਰ ਦਾ ਜੀ ਵੈਟ ਏਰੀਆ, ਇਹ ਰਹੇਗਾ ਜੀ ਆਪਣਾ ਇੱਧਰ ਦਾ ਡਰਾਈ ਏਰੀਆ। ਤੇ ਕਾਫੀ ਸਪੇਸੀਅਸ ਆਪਣੀ ਇੱਧਰ ਦੀ ਮਾਡਲਰ ਕਿਚਨ ਹੈ। ਤੇ ਆਓ ਹੁਣ ਆਪਾਂ ਤੁਹਾਨੂੰ ਲੈ ਕੇ ਜਾਂਦੇ ਹਾਂ ਇਸ ਘਰ ਦੇ ਫਸਟ ਬੈਡਰੂਮ ਵਾਲੇ ਪਾਸੇ। ਤੁਹਾਨੂੰ ਦੱਸ ਦਈਏ ਇਸ ਘਰ ਦਾ ਜਿਹੜਾ ਸਾਈਜ਼ ਹੈ ਉਹ ਰਹਿਣ ਵਾਲਾ 1730 ਸਕੇਅਰ ਯਾਰਡ। ਤੇ ਇਸ ਘਰ ਦੇ ਵਿੱਚ ਤੁਹਾਨੂੰ 3 ਕਮਰੇ ਮਿਲਣ ਵਾਲੇ ਨੇ। ਆਓ ਤੁਹਾਨੂੰ ਪਹਿਲਾਂ ਆਪਾਂ ਫਸਟ ਕਮਰੇ ਦਾ ਟੂਰ ਕਰਾਉਂਦੇ ਹਾਂ ਜੋ ਕਿ ਆਪਣਾ ਇੱਥੇ ਦਾ ਰਹਿਣ ਵਾਲਾ ਹੈ ਮਾਸਟਰ ਬੈਡਰੂਮ। ਇਹ ਰਹੇਗਾ ਜੀ ਆਪਣਾ ਇੱਥੇ ਦਾ ਮਾਸਟਰ ਬੈਡਰੂਮ ਜਿਹਦੇ ਵਿੱਚ ਤੁਹਾਨੂੰ ਇੱਕ ਆਪਾਂ ਬਾਲਕਨੀ ਨਾਲ ਦਿਆਂਗੇ ਤੇ ਅਟੈਚ ਵਾਸ਼ਰੂਮ ਦੇ ਨਾਲ। ਅਟੈਚ ਵਾਸ਼ਰੂਮ ਦੇ ਵਿੱਚ ਟਾਈਲ ਵਰਕ ਪ੍ਰੀਮੀਅਮ ਰਹਿਣ ਵਾਲਾ ਹੈ, ਔਰ ਜਿੰਨੀਆਂ ਵੀ ਟੈਪ ਇੱਥੇ ਯੂਜ਼ ਹੋਣ ਵਾਲੀਆਂ ਨੇ ਉਹ ਸਾਰੀਆਂ ਜੈਗੁਆਰ ਕੰਪਨੀ ਦੀ ਫਿਟਿੰਗ ਦੇ ਨਾਲ ਤੁਹਾਨੂੰ ਮਿਲਣਗੀਆਂ। ਗ੍ਰੇ ਪੈਟਰਨ ਅਸੀਂ ਯੂਜ਼ ਕੀਤਾ ਹੋਇਆ, ਔਰ ਤੁਹਾਨੂੰ ਇੱਕ ਸਾਈਡ ਤੇ ਜਿਹੜੀ ਤੁਸੀਂ ਪਾਈਪ ਵੇਖ ਰਹੇ ਹੋ ਏਸੀ ਦੀਆਂ, ਇਹ ਤੁਹਾਨੂੰ ਅਸੀਂ ਇਨਕਲੂਡ ਪੂਰੇ ਸੋਸਾਇਟੀ ਦੇ ਵਿੱਚ ਕਰਵਾ ਕੇ ਦਿਆਂਗੇ। ਕੋਪਰ ਦੀ ਜਿਹੜੀ ਫਿਟਿੰਗ ਹੈ ਉਹ ਤੁਹਾਡੀ ਇਨਕਲੂਡ ਰਹਿਣ ਵਾਲੀ ਹੈ। ਆਓ ਚੱਲਦੇ ਹਾਂ ਇਸ ਘਰ ਦੇ ਸੈਕਿੰਡ ਬੈਡਰੂਮ ਵਾਲੇ ਪਾਸੇ।
ਇਹ ਰਹੇਗਾ ਕਾਫੀ ਸਪੇਸੀਅਸ ਆਪਣਾ ਇਸ ਘਰ ਦਾ ਸੈਕਿੰਡ ਬੈਡਰੂਮ। ਇਸ ਬੈਡਰੂਮ ਦੇ ਵਿੱਚ ਤੁਹਾਨੂੰ ਅਸੀਂ ਕਬੋਰਡ ਤਿਆਰ ਕਰਵਾ ਕੇ ਦੇ ਰਹੇ ਹਾਂ, ਕਾਫੀ ਸਟੋਰੇਜ ਦੇ ਨਾਲ ਔਰ ਕਾਫੀ ਸਪੇਸ ਦੇ ਨਾਲ ਆਪਣੇ ਇਹ ਕਬੋਰਡ ਦਾ ਡਿਜ਼ਾਈਨ ਦੇ ਨਾਲ ਹੈ। ਔਰ ਦੂਜੀ ਗੱਲ, ਜਿਹੜੇ ਤੁਸੀਂ ਕਬੋਰਡ ਦੇ ਉੱਤੇ ਮਾਈਕਾ ਦੇਖ ਰਹੇ ਹੋ, ਇਹ ਵਾਈਟ ਰੰਗ ਦਾ, ਇਹਨੂੰ ਤੁਸੀਂ ਆਪਣੇ ਅਨੁਸਾਰ ਕੁਛ ਹੋਰ ਵੀ ਲਗਵਾ ਸਕਦੇ ਹੋ, ਇਹ ਤੁਹਾਡੇ ਕੋਲ ਚੋਇਸ ਹੈਗੀ ਹੈ। ਤੇ ਇੱਕ ਸਾਈਡ ਤੇ ਆਪਣਾ ਮੈਸ਼ ਡੋਰ ਦੇ ਨਾਲ ਬਾਲਕੋਨੀ ਏਰੀਆ ਰਹਿਣ ਵਾਲਾ ਹੈ, ਬਾਲਕੋਨੀ ਆਪਣੀ ਕਾਫੀ ਸਪੇਸੀਅਸ ਰਹਿਣ ਵਾਲੀ ਹੈ। ਔਰ ਇੱਥੇ ਤੁਹਾਡਾ ਅਟੈਚ ਵਾਸ਼ਰੂਮ ਰਹਿਣ ਵਾਲਾ ਹੈ, ਅਟੈਚ ਵਾਸ਼ਰੂਮ ਵਿੱਚ ਫੁੱਲ ਲਾਈਟ ਦੇ ਨਾਲ ਆਪਣੀ ਟਾਈਲ ਰਹਿਣਗੀ ਆ, ਔਰ ਜਿਹੜੀ ਟੈਬ ਵਰਕ ਰਹਿਣ ਵਾਲੀ ਹੈ ਉਹ ਰਹਿਣ ਵਾਲੀ ਹੈ ਜੈਗਵਾਰ ਕੰਪਨੀ ਦੀ। ਆ ਹੁਣ ਚੱਲਦੇ ਹਾਂ ਇਸ ਘਰ ਦੇ ਤੀਜੇ ਬੈਡਰੂਮ ਵਾਲੇ ਪਾਸੇ। ਥਰਡ ਬੈਡਰੂਮ ਆਪਣੀ ਐਂਟਰੀ ਦੇ ਗੇਟ ਦੇ ਸਾਹਮਣੇ ਰਹਿਣ ਵਾਲਾ ਹੈ, ਕਾਫੀ ਸਪੇਸਿਸ ਆਪਣਾ ਥਰਡ ਬੈਡਰੂਮ ਵੀ ਰਹਿਣ ਵਾਲਾ ਹੈ। ਇਸ ਸਾਈਡ ਤੇ ਵੀ ਤੁਹਾਨੂੰ ਬਾਲਕੋਨੀ ਮਿਲਣ ਵਾਲੀ ਹੈ, ਔਰ ਤੁਸੀਂ ਕਬੋਰਡ ਦੇਖ ਰਹੇ ਹੋ, ਫੁੱਲ ਹਾਈਟ ਤੇ ਕਬੋਰਡ ਰਹਿਣ ਵਾਲੇ ਨੇ। ਔਰ ਇੱਕ ਸਾਈਡ ਤੇ ਤੁਹਾਨੂੰ ਇੱਥੇ ਵੀ ਵਾਸ਼ਰੂਮ ਮਿਲ ਰਿਹਾ, ਔਰ ਜਿਹਦੇ ਵਿੱਚ ਟਾਈਲ ਵਰਕ ਤੁਹਾਨੂੰ ਜਿੱਦਾਂ ਆਪਾਂ ਆਖਿਆ ਫੁੱਲ ਹਾਈਟ ਤੱਕ ਰਹੇਗਾ, ਔਰ ਜੈਗਵਾਰ ਕੰਪਨੀ ਦੀ ਫਿਟਿੰਗ ਦੇ ਨਾਲ ਜਿਹੜੀ ਟੈਬ ਰਹਿਣ ਵਾਲੀਆਂ ਨੇ ਉਹ ਤੁਹਾਨੂੰ ਇਸ ਵਾਸ਼ਰੂਮ ਵਿੱਚ ਮਿਲਣਗੀਆਂ। ਤੇ ਆਓ ਤੁਹਾਨੂੰ ਹੁਣ ਆਪਾਂ ਬਾਲਕੋਨੀ ਦਾ ਸਪੇਸ ਵਿਖਾਉਂਦੇ ਹਾਂ। ਆਪਣੀ ਇਸ ਸੁਸਾਇਟੀ ਦੀ ਜਿਹੜੀ ਬਾਲਕੋਨੀ ਹੈ ਇੰਨੀ ਕੁ ਵੱਡੀ ਰਹਿਣ ਵਾਲੀ ਹੈ ਕਿ ਤੁਸੀਂ ਖਾ ਪੀ ਕੇ ਇੱਥੇ ਚੰਗੀ ਤਰ੍ਹਾਂ ਨਾਲ ਟਹਿਲ ਮਹਿਲ ਵੀ ਸਕਦੇ ਹੋ। ਔਰ ਜੇ ਮੈਂ ਇਸ ਸੁਸਾਇਟੀ ਦੀ ਲੋਕੇਸ਼ਨ ਦੀ ਗੱਲ ਕਰਾਂ, ਆਪਣੀ ਇਸ ਸੁਸਾਇਟੀ ਦੀ ਲੋਕੇਸ਼ਨ ਰਹਿਣ ਵਾਲੀ ਹੈ 127 ਸੈਕਟਰ, ਜਿਹੜਾ ਕਿ ਮੋਹਾਲੀ ਦੇ ਬਿਲਕੁਲ ਏਅਰਪੋਰਟ ਰੋਡ ਤੇ ਬਨੂੜ ਰੋਡ ਦੇ ਸੈਂਟਰ ਤੇ ਰਹਿਣ ਵਾਲਾ ਹੈ। ਇਹਦੀ ਕਨੈਕਟੀਵਿਟੀ ਤੁਹਾਡੀ ਕਈ ਲੋਕੇਸ਼ਨਾਂ ਦੇ ਨਾਲ ਰਹਿਣ ਵਾਲੀ ਹੈ। ਇੱਕ ਜੇਕਰ ਤੁਸੀਂ ਖਰੜ ਜਾਣਾ ਚਾਹੋ ਇੱਕ ਸਾਈਡ ਤੇ, ਜੇ ਤੁਸੀਂ ਏਅਰਪੋਰਟ ਰੋਡ ਜਾਣਾ ਚਾਹੋ ਇੱਕ ਸਾਈਡ ਤੇ, ਜੇਕਰ ਤੁਸੀਂ ਬਨੂੜ ਲਾਂਡਾ ਰੋਡ ਜਾਣਾ ਚਾਹੋ ਤੇ ਇੱਕ ਸਾਈਡ ਤੇ, ਜੇ ਤੁਸੀਂ ਆਈਟੀ ਸੈਕਟਰ ਵਾਲੇ ਪਾਸੇ ਜਾਣਾ ਚਾਹੋ ਤੇ। ਔਰ ਆਪਣੇ ਇਸ ਪ੍ਰੋਜੈਕਟ ਦਾ ਜਿਹੜਾ ਰੇਟ ਹੈ ਉਹ ਬਿਲਕੁਲ ਬਿਲਕੁਲ ਇੰਨਾ ਕੁ ਸਸਤਾ ਰਹਿਣ ਵਾਲਾ ਹੈ। ਚਲੋ ਉਹ ਤੁਸੀਂ ਮੇਰੀ ਡਿਸਕ੍ਰਿਪਸ਼ਨ ਦੇ ਵਿੱਚ ਦੇਖ ਲੈਣਾ। ਔਰ ਨਾਲੇ ਮਾਈ ਵਨ ਕੰਸਟਰਕਸ਼ਨ ਦੇ ਨਾਲ ਆਪਣੀ ਇਹ ਸੁਸਾਇਟੀ ਡਿਵੈਲਪ ਕੀਤੀ ਗਈ ਹੈ। ਤੇ ਹੋਰ ਜਾਣਕਾਰੀ ਦੇ ਲਈ ਥੱਲੇ ਦਿੱਤੇ ਗਏ ਨੰਬਰਾਂ ਤੇ ਸਾਨੂੰ ਕਾਲ ਕਰ ਲਓ। ਔਰ ਅੱਜ ਦੇ ਲਈ ਸਤਿ ਸ੍ਰੀ ਅਕਾਲ, ਮਿਲਦੇ ਹਾਂ ਨਵੀਂ ਵੀਡੀਓ ਤੇ ਨਵੀਂ ਸਵੇਰ ਦੇ ਨਾਲ।